ਸੰਗਰੂਰ 'ਚ ਜ਼ਹਿਰੀਲੀ ਲਾਣ ਪੀਣ ਨਾਲ ਹੋਈਆਂ ਮੌਤਾਂ ਤੋਂ ਬਾਅਦ ਗੁਰਦਾਸਪੁਰ ਪੁਲਿਸ ਹੋਈ ਸਰਗਰਮ। ਜ਼ਿਲ੍ਹੇ 'ਚ ਵੱਖ ਵੱਖ ਥਾਵਾਂ 'ਤੇ ਕੀਤੀ ਛਾਪੇਮਾਰੀ, ਭਾਰੀ ਮਾਤਰਾ 'ਚ ਲਾਣ ਕੀਤੀ ਬਰਾਮਦ, 12 ਲੋਕਾਂ ਨੂੰ ਕੀਤਾ ਗ੍ਰਿਫਤਾਰ। ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਪੰਜਾਬ ਪੁਲਿਸ ਅਤੇ ਐਕਸਾਈਜ਼ ਵਿਭਾਗ ਵੱਲੋਂ ਜ਼ਿਲ੍ਹਾ ਗੁਰਦਾਸਪੁਰ ਦੇ ਵੱਖ ਵੱਖ ਪਿੰਡਾਂ 'ਚ ਛਾਪੇਮਾਰੀ ਕੀਤੀ ਗਈ ਅਤੇ ਭਾਰੀ ਮਾਤਰਾ 'ਚ ਲਾਣ ਅਤੇ ਨਜਾਇਜ਼ ਸ਼ਰਾਬ ਬਰਾਮਦ ਕੀਤੀ ਹੈ ਅਤੇ 12 ਲੋਕਾਂ ਖਿਲਾਫ਼ ਮਾਮਲਾ ਦਰਜ ਕਰ ਉਹਨਾਂ ਨੂੰ ਗ੍ਰਿਫਤਾਰ ਕੀਤਾ। ਇਸ ਸੰਬੰਧੀ DSP ਰਾਜਵੀਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਡਰੋਨ ਦੇ ਜ਼ਰੀਏ ਨਜਾਇਜ਼ ਸ਼ਰਾਬ ਕੱਢਣ ਨੂੰ ਲੈ ਕੇ ਬਦਨਾਮ ਪਿੰਡਾਂ 'ਚ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਗਈ ਅਤੇ ਛਾਪੇਮਾਰੀ ਦੌਰਾਨ 12 ਲੋਕਾਂ ਨੂੰ ਗ੍ਰਿਫਤਾਰ ਕੀਤਾ ਅਤੇ ਭਾਰੀ ਮਾਤਰਾ 'ਚ ਨਜਾਇਜ਼ ਸ਼ਰਾਬ ਅਤੇ ਲਾਣ ਫੜੀ ਹੈ। ਸਾਡੇ ਗੁਰਦਾਸਪੁਰ ਜ਼ਿਲ੍ਹੇ ਵਿੱਚ ਮਾਣਯੋਗ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀਆਂ ਸਖ਼ਤ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਅਤੇ ਸਾਡੇ ਮਾਣਯੋਗ DGP ਪੰਜਾਬ ਅਤੇ SSP ਸਾਹਿਬ ਗੁਰਦਾਸਪੁਰ ਦੇ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਜਿਹੜਾ ਵਾ ਕੱਲ੍ਹ ਮਿਤੀ 23/3/24 ਅਤੇ ਅੱਜ 24/3/24 ਨੂੰ 2 ਦਿਨ ਜਿਹੜਾ ਵਾ ਐਕਸਾਈਜ਼ ਦੇ ਸੰਬੰਧ ਦੇ ਵਿੱਚ ਜਿਹੜੇ ਆ ਵੱਡੇ ਪੱਧਰ ਦੇ ਉੱਤੇ ਐਕਸਾਈਜ਼ ਮਹਿਕਮੇ ਦੇ ਨੂੰ ਨਾਲ ਲੈ ਕੇ ਜਿਹੜੇ ਆ ਰੇਡ ਕੀਤੇ ਗਏ ਆ। ਕੱਲ੍ਹ ਮਿਤੀ 23/3/24 ਨੂੰ ਜਿਹੜਾ ਭੈਣੀ ਥਾਣਾ ਭੈਣੀ ਮੀਆਂ ਖਾਂ ਦੇ ਜਿਹੜਾ ਮੌਜਪੁਰ ਇਲਾਕਾ ਬਿਆਸ ਦਰਿਆ ਦੇ ਕੰਢੇ ਦੇ ਉੱਤੇ ਜਿਹੜਾ ਵਾ ਰੇਡ ਕੀਤਾ ਗਿਆ ਅਤੇ ਉੱਥੇ ਸਾਨੂੰ ਜਿਹੜੀ ਆ ਉਹ ਭਾਰੀ ਜਿਹੜੀ ਆ ਇਹਦੇ ਸੰਬੰਧ ਦੇ ਵਿੱਚ ਸਫਲਤਾ ਮਿਲੀ ਆ, ਜਿਹਦੇ ਸੰਬੰਧ ਦੇ ਵਿੱਚ ਜਿਹੜਾ ਕੱਲ੍ਹ FIR ਨੰਬਰ 18 ਮਿਤੀ 23/3/24 Under Section 61 ਥਾਣਾ ਭੈਣੀ ਮੀਆਂ ਖਾਂ ਦਰਜ ਕੀਤਾ ਗਿਆ, ਜਿਹਦੇ ਵਿੱਚ ਜਿਹੜੀ ਆ 3,5,790 ਲੀਟਰ ਜਿਹੜੀ ਆ ਨਜਾਇਜ਼ ਸ਼ਰਾਬ ਮਿਲੀ ਸੀ। ਇਹਦੇ ਸੰਬੰਧ ਦੇ ਵਿੱਚ ਹੀ ਇੱਕ ਹੋਰ FIR ਨੰਬਰ 19 ਮਿਤੀ 23/3/24 ਜੁਰਮ 61/14 ਐਕਸਾਈਜ਼ ਐਕਟ ਥਾਣਾ ਭੈਣੀ ਮੀਆਂ ਖਾਂ ਦਰਜ ਕੀਤਾ ਗਿਆ, ਜਿਹਦੇ ਵਿੱਚ ਸਾਨੂੰ 2000 ਕਿਲੋ ਜਿਹੜੀ ਆ ਨਜਾਇਜ਼ ਜਿਹੜੀ ਲਾਣ ਜਿਹੜੀ ਤਰਪਾਲਾਂ ਦੇ ਵਿੱਚ ਪਾਈ ਹੋਈ ਸੀਗੀ ਉਹ ਬਰਾਮਦ ਹੋਈ ਆ। ਇਸੇ ਮੱਦੇਨਜ਼ਰ ਹੀ ਇੱਕ ਹੋਰ ਮੁਕੱਦਮਾ ਨੰਬਰ 20 ਥਾਣਾ ਭੈਣੀ ਮੀਆਂ ਖਾਂ ਦਰਜ ਜਿਹੜਾ ਕੀਤਾ ਗਿਆ, ਜਿਹਦੇ ਵਿੱਚ ਜਿਹੜੀ 2400 ਕਿਲੋ ਲਾਣ ਜਿਹੜੀ ਆ ਜਿਹੜੀ ਤਰਪਾਲਾਂ ਦੇ ਵਿੱਚ ਪਾਈ ਹੋਈ ਸੀਗੀ ਉਹ ਜਿਹੜੀ ਆ ਬਰਾਮਦ ਕੀਤੀ ਗਈ ਆ। ਇਸ ਤੋਂ ਇਲਾਵਾ ਅੱਜ 24/3/24 ਨੂੰ ਫਿਰ ਜਿਹੜਾ ਵਾ ਸਾਰੇ ਜ਼ਿਲ੍ਹੇ ਵਿੱਚ ਮਾਣਯੋਗ SSP ਸਾਹਿਬ ਦੀਆਂ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਸਾਰੇ SHO ਸਾਰੇ DSP ਸਾਹਿਬਾਨ ਨੇ ਆਪਰੇਸ਼ਨ ਚਲਾ ਕੇ ਵੱਡੇ ਪੱਧਰ ਦੇ ਉੱਤੇ ਜਿਹੜੇ ਆ ਸਾਰੇ ਜ਼ਿਲ੍ਹੇ ਦੇ ਵਿੱਚ ਰੇਡ ਕੀਤਾ ਗਿਆ ਵਾ, ਜਿਹਦੇ ਸੰਬੰਧ ਦੇ ਵਿੱਚ ਜਿਹੜਾ ਵਾ ਸਦਰ ਥਾਣੇ ਦੇ ਵਿੱਚ 2 ਮੁਕੱਦਮੇ ਦਰਜ ਕੀਤੇ ਗਏ ਆ, ਜਿਹਦੇ ਵਿੱਚ 14,250 ML ਸ਼ਰਾਬ ਨਜਾਇਜ਼ ਮਿਲੀ ਆ। ਥਾਣਾ ਤਿੱਬੜ ਦੇ ਵਿੱਚ ਜਿਹੜਾ 1 ਮੁਕੱਦਮਾ ਦਰਜ ਕੀਤਾ ਗਿਆ, ਜਿਹਦੇ ਵਿੱਚ 6,750 ML ਸ਼ਰਾਬ ਮਿਲੀ ਆ। ਇਸੇ ਤਰ੍ਹਾਂ ਹੀ ਧਾਰੀਵਾਲ ਦੇ ਵਿੱਚ ਜਿਹੜਾ ਵਾ 1 ਮੁਕੱਦਮਾ ਸਵੇਰੇ ਦਰਜ ਕੀਤਾ ਗਿਆ, ਜਿਹਦੇ ਵਿੱਚ 6,750 ML ਸ਼ਰਾਬ ਮਿਲੀ ਆ, ਨਜਾਇਜ਼ ਸ਼ਰਾਬ ਮਿਲੀ ਆ। ਅਤੇ ਕਾਨੂੰਗੜ੍ਹ ਥਾਣੇ ਦੇ ਵਿੱਚ ਵੀ 1 ਮੁਕੱਦਮਾ ਦਰਜ ਕੀਤਾ ਗਿਆ, ਜਿਹਦੇ ਵਿੱਚ 7500 ML ਸ਼ਰਾਬ ਮਿਲੀ ਆ। ਅਤੇ ਸਾਡੀਆਂ ਦੀਨਾ ਨਗਰ ਦੇ ਵਿੱਚ ਜਿਹੜਾ ਪੁਰਾਣਾ ਸ਼ਾਲਾ ਦੇ ਵਿੱਚ ਜਿਹੜਾ 1 ਮੁਕੱਦਮਾ ਦਰਜ ਕੀਤਾ ਗਿਆ ਜਿਹ 'ਚ 7500 ML ਸ਼ਰਾਬ। ਥਾਣਾ ਬਹਿਰਾਮਪੁਰ ਦੇ ਵਿੱਚ ਵੀ 1 ਮੁਕੱਦਮਾ ਦਰਜ ਕੀਤਾ ਗਿਆ, ਜਿਹਦੇ ਵਿੱਚ 6750 ML ਨਜਾਇਜ਼ ਸ਼ਰਾਬ ਮਿਲੀ ਆ। ਅਤੇ ਥਾਣਾ ਦਰਾਂਗਲਾ ਦੇ ਵਿੱਚ ਵੀ ਜਿਹੜਾ ਵਾ ਰੇਡ ਕੀਤਾ ਗਿਆ ਅਤੇ ਬਰਹਾਮਪੁਰ ਦੇ ਵਿੱਚ ਵੀ ਰੇਡ ਕੀਤਾ ਗਿਆ, ਜਿੱਥੇ 1 ਮੁਕੱਦਮਾ ਦਰਜ ਕੀਤਾ ਗਿਆ, ਜਿਹਦੇ ਵਿੱਚ ਸਾਨੂੰ 7500 ML ਜਿਹੜੀ ਆ ਉਹ ਸ਼ਰਾਬ ਮਿਲੀ ਆ। ਅਤੇ ਥਾਣਾ ਜਿਹੜਾ ਘੁੰਮਣ ਕਲਾਂ ਦੇ ਵਿੱਚ ਵੀ 1 ਮੁਕੱਦਮਾ ਦਰਜ ਕੀਤਾ ਗਿਆ, ਜਿਹਦੇ ਵਿੱਚ 5250 ML ਜਿਹੜੀ ਆ ਸ਼ਰਾਬ ਨਜਾਇਜ਼ ਜਿਹੜੀ ਬਰਾਮਦ ਹੋਈ ਆ। ਇਸ ਤਰ੍ਹਾਂ ਕੁੱਲ ਜਿਹੜੇ ਆ ਕੱਲ੍ਹ 23 ਨੂੰ ਅਤੇ 24 ਨੂੰ ਜਿਹੜੇ ਆ ਵੱਡੇ ਪੱਧਰ ਦੇ ਉੱਤੇ ਜਿਹੜਾ ਗੁਰਦਾਸਪੁਰ ਜ਼ਿਲ੍ਹੇ ਵੱਲੋਂ ਐਕਸਾਈਜ਼ ਰੇਡ ਕਰਕੇ ਜਿਹੜੀ ਆ ਵੱਡੇ ਪੱਧਰ ਦੇ ਉੱਤੇ ਜਿਹੜੀ ਬਰਾਮਦਗੀ ਕੀਤੀ ਗਈ ਆ, ਜਿਹਦੇ ਵਿੱਚ ਵੱਖ ਵੱਖ ਥਾਣਿਆਂ ਦੇ ਵਿੱਚ ਜਿਹੜੇ ਆ 12 ਜਿਹੜੇ ਟੋਟਲ ਮੁਕੱਦਮੇ ਦਰਜ ਹੋਏ ਆ ਅਤੇ 12 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਵਾ, ਜਿਹਦੇ ਵਿੱਚ ਕੁੱਲ ਜਿਹੜੀ ਆ 3,62,790 ML ਸ਼ਰਾਬ ਨਜਾਇਜ਼ ਬਰਾਮਦ ਹੋਈ ਆ।
ਅਤੇ ਕੁੱਲ ਜਿਹੜੀ 4400 ਕਿਲੋ ਜਿਹੜੀ ਲਾਹਣ ਆ ਉਹ ਜਿਹੜੀ ਬਰਾਮਦ ਕੀਤੀ ਗਈ ਆ। ਅਤੇ ਇਹ ਜਿਹੜੀ ਇੱਕ ਗੁਰਦਾਸਪੁਰ ਜ਼ਿਲ੍ਹੇ ਦੀ ਜਿਹੜੀ ਆ ਬਹੁਤ ਵੱਡੀ ਸਫਲਤਾ ਵਾ, ਅਤੇ ਅੱਗੇ ਤੋਂ ਵੀ ਜਿਹੜੇ ਆ ਇਹ ਜਿਹੜੇ ਸ਼ਰਾਬ ਕੱਢਣ ਵਾਲੇ ਅਤੇ ਵੇਚਣ ਵਾਲੇ ਆ ਉਹਨਾਂ 'ਤੇ ਨਕੇਲ ਕੱਸਦੇ ਹੋਏ ਵੱਧ ਤੋਂ ਵੱਧ ਜਿਹੜੇ ਆ ਐਕਸਾਈਜ਼ ਦੇ ਰੇਟ ਕੀਤੇ ਜਾਣਗੇ ਅਤੇ ਵੱਧ ਤੋਂ ਵੱਧ ਜ਼ਿਲ੍ਹੇ ਦੇ ਵਿੱਚ ਬਰਾਮਦਗੀ ਕੀਤੀ ਜਾਵੇਗੀ। ਸਰ, ਜਿਹੜੇ ਆਰੋਪੀ ਫੜੇ ਗਏ ਨੇ ਇਹ ਪਹਿਲਾਂ ਵੀ ਇਸ ਕਾਰੋਬਾਰ ਦੇ ਨਾਲ ਟੇਚ ਹੈਗੇ ਜਾਂ ਬਿਲਕੁਲ ਨਵੇਂ ਨੇ? ਹਾਂਜੀ, ਇਹਦੇ ਸੰਬੰਧ ਦੇ ਵਿੱਚ ਜਿਹੜੀ ਆ ਇਨਵੈਸਟੀਗੇਸ਼ਨ ਚੱਲ ਰਹੀ ਆ। ਇਹ ਵਿੱਚੋਂ ਜਿਹੜੇ ਕਾਫੀ ਆ ਜਿਹੜੇ ਪਹਿਲਾਂ ਵੀ ਜਿਨ੍ਹਾਂ ਦੇ ਖਿਲਾਫ ਜਿਹੜੇ ਆ ਇਹ ਮੁਕੱਦਮੇ ਦਰਜ ਆ ਅਤੇ ਪਹਿਲਾਂ ਵੀ ਇਹ ਸ਼ਰਾਬ ਕੱਢਣ ਦੇ ਆਦੀ ਨੇ। ਸਰ, ਕਿੰਨੇ ਦੋਸ਼ੀ ਫੜੇ ਗਏ ਨੇ? ਟੋਟਲ ਜਿਹੜੇ ਆ 12 ਦੋਸ਼ੀ ਜਿਹੜੇ ਆ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਦੋਵਾਂ ਦਿਨਾਂ ਦੇ ਵਿੱਚ ਗ੍ਰਿਫਤਾਰ ਕੀਤੇ ਗਏ ਅਤੇ ਵੱਡੀ ਪੱਧਰ ਦੇ ਉੱਤੇ ਜਿਹੜੀ ਆ ਇਹ ਲਾਹਣ ਅਤੇ ਸ਼ਰਾਬ ਦੀ ਬਰਾਮਦਗੀ ਕੀਤੀ ਗਈ ਹੈ। ਇਹ ਕਿਹੜੇ ਪਿੰਡਾਂ ਨਾਲ ਸੰਬੰਧਿਤ ਹੈਗੇ ਫੜੇ? ਇਹ ਜ਼ਿਆਦਾ ਜਿਹੜੇ ਆ ਮੌਚਪੁਰ ਪਿੰਡ ਆ, ਇੱਧਰ ਭੈਣੀ ਮੀਆਂ ਖਾਂ ਦਾ ਭੱਟੀਆਂ ਪਿੰਡ ਆ, ਧਾਰੀਵਾਲ ਦੇ ਵਿੱਚ ਸੋਲ ਪਿੰਡ ਆ, ਅਤੇ ਜਿਹੜਾ ਬ੍ਰਹਮਪੁਰ ਕਸਬਾ ਵਾ, ਦੀਨਾਨਗਰ ਜਿਹੜਾ ਵਾ ਉਹਦੇ ਵਿੱਚ ਡੀਡਾ ਪਿੰਡ ਆ, ਇੱਥੇ ਜਿਹੜੇ ਆ ਰੇਡ ਕੀਤੇ ਗਏ।